हाय गाइस, वेलकम अगेन टू अवर यूट्यूब चैनल। सो स्टूडेंट्स, एज यू नो, असी ईटीटी सैकंड पेपर का सिलेबस सीरियल वाइज कर रहे हाँ। असी लास्ट लैक्चर विच सोशल साइंस का चैप्टर करया सी, अज असी इस सीरीज़ का नैक्सट चैप्टर करन लगे हाँ, जो कि बहुत छोटा ते सिंपल भी है। सो शुरू करन तो पहला मैं दसना चाहुंदा हाँ कि जेकर तुसी इस चैनल ते पहली बारी विजिट कर रहे हो तो इस चैनल नू सबसक्राइब जरूर कर लवो, क्योंकि इस चैनल ते इस तरह ही तुहानू हर एक कॉम्पिटेटिव एग्जाम का पूरा सिलेबस सीरियल वाइज सब तो पहला ते सौखे तरीके नाल तैयार करवाया जाता है, अते नाल ही अपकमिंग एग्जाम्स की अपडेट भी प्रोवाइड कराई जाती है। एंड सैकेंड थिंग, जेकर तुसी मेरे वट्सएप ग्रुप विच ऐड नहीं हो तो डिस्क्रिप्शन च नंबर दिता गया है, तुसी उस ते मैसेज कर सकते हो ताकि तुहानू हर एक अपडेट सब तो पहला मिल सके। सो शुरू करते हैं अपना नैक्सट चैप्टर, जिसका नाम है जी भारत विच खेतीबाड़ी का विकास। अर्थशास्त्र का जो चैप्टर है इसका नाम है जी भारत में खेतीबाड़ी का विकास। इस दियां कुछ आप वनलाइनर है वो कवर करांगे। द एग्रीकल्चरल डेवलपमेंट इन इंडिया। तो फर्स्ट है अपने को हरी क्रांति। हरी क्रांति भाव खेतीबाड़ी उत्पादन खास तौर पर कणक और चौल के उत्पादन होने वाले उस भारी वाधे तो है जो खेतीबाड़ी विच वधेरे उपज वाले बीजां दी वरतों दीआं नवीं तकनीकां अपनाउण नाल संभव होया। देखो जी, कणक अते चौल दे जिहड़े उत्पादन सी उहनां दे विच जदों भारी वाधा होया उसदा जो रीज़न सी उह सीगा वधेरे उपज वाले बीज। जदों बीजां नूं लिआंदा गया वधेरे उपज वाले, उहनां दी वरतों कीती गई, तां इहनां तकनीकां नूं ही अपनाउण नाल जो संभव होया सी, तां इस दे भारी वाधे नूं आपां की कहिंदे जी हरी क्रांति कहिंदे आ। नैक्सट है जी मनुख ਅਤੇ ਭੂਮੀ ਵਿੱਚ ਪਾਏ ਜਾਣ ਵਾਲੇ ਸੰਬੰਧ ਦੇ ਯੋਜਨਾਤਮਕ ਅਤੇ ਸੰਸਥਾਗਤ ਪੁਨਰਗਠਨ ਨੂੰ ਭੂਮੀ ਸੁਧਾਰ ਕਹਿੰਦੇ ਹਨ। ਦੇਖੋ ਜੀ, ਭੂਮੀ ਸੁਧਾਰ ਕੀ ਹੁੰਦਾ ਹੈ ਕਿ ਮਨੁੱਖ ਅਤੇ ਭੂਮੀ ਦੇ ਵਿਚਕਾਰ ਪਾਏ ਜਾਣ ਵਾਲੇ ਸੰਬੰਧ ਦੇ ਯੋਜਨਾਤਮਕ ਅਤੇ ਸੰਸਥਾਗਤ ਪੁਨਰਗਠਨ, ਇਸ ਨੂੰ ਕੀ ਕਹਿੰਦੇ ਆ ਜੀ ਭੂਮੀ ਸੁਧਾਰ। ਨੈਕਸਟ ਹੈ ਜੀ ਜਿਸ ਨਾਲ ਖੇਤੀਬਾੜੀ ਦਾ ਸਰਵਪੱਖੀ ਵਿਕਾਸ ਹੁੰਦਾ ਹੈ ਉਸ ਨੂੰ ਕੀ ਕਹਿੰਦੇ ਆ ਜੀ ਖੇਤੀਬਾੜੀ ਨੀਤੀ ਕਹਿੰਦੇ ਆ। ਦੇਖੋ ਖੇਤੀਬਾੜੀ ਨੀਤੀ ਕੀ ਹੋਵੇਗੀ, ਕੋਈ ਵੀ ਆਪਾਂ ਖੇਤੀਬਾੜੀ 'ਚ ਕੋਈ ਨੀਤੀ ਤਿਆਰ ਕਰਦੇ ਹਾਂ ਜਿਸ ਨਾਲ ਆਪਣਾ ਖੇਤੀਬਾੜੀ ਦੇ ਵਿੱਚ ਸੁਧਾਰ ਆਉਂਦਾ ਹੈ ਉਸ ਨੂੰ ਆਪਾਂ ਕੀ ਕਹਾਂਗੇ ਜੀ ਖੇਤੀਬਾੜੀ ਨੀਤੀ ਕਹਾਂਗੇ। ਨੈਕਸਟ ਹੈ ਜੀ ਕਾਸ਼ਤਕਾਰੀ ਪ੍ਰਥਾ ਵਿੱਚ ਸੁਧਾਰ ਇੱਕ ਭੂਮੀ ਸੁਧਾਰ ਦੀ ਉਦਾਹਰਣ ਹੈ। ਤਾਂ ਆਪਣੇ ਕੋਲ ਆ ਸਕਦਾ ਜੀ ਇੱਕ ਭੂਮੀ ਸੁਧਾਰ ਦੀ ਉਦਾਹਰਣ ਹੈ, ਆਪਣੇ ਕੋਲ ਚਾਰ ਆਪਸ਼ਨ ਹੋਣਗੀਆਂ, ਉਸ ਵਿੱਚ ਜੇਕਰ ਕਾਸ਼ਤਕਾਰੀ ਪ੍ਰਥਾ ਹੋਵੇਗਾ ਆਪਾਂ ਉਸ ਨੂੰ ਟਿਕ ਕਰਾਂਗੇ। ਤਾਂ ਇੱਕ ਕਾਸ਼ਤਕਾਰੀ ਪ੍ਰਥਾ ਜਿਹੜਾ ਹੈ ਉਹ ਭੂਮੀ ਸੁਧਾਰ ਦੀ ਇੱਕ ਉਦਾਹਰਣ ਹੈ। ਨੈਕਸਟ ਹੈ ਜੀ ਹਰੀ ਕ੍ਰਾਂਤੀ ਦਾ ਸਿਹਰਾ ਡਾਕਟਰ ਨੋਰਮਾਨ ਵਰਲੋਗ ਅਤੇ ਡਾਕਟਰ ਐੱਮ ਐੱਨ ਸਵਾਮੀਨਾਥਨ ਨੂੰ ਕਿਆ ਦਿੱਤਾ ਜਾਂਦਾ ਹੈ। ਤਾਂ ਇਹ ਦੋ ਇੰਪੋਰਟੈਂਟ ਨਾਮ ਨੇ ਜੀ, ਇਹ ਤੁਸੀਂ ਜ਼ਰੂਰ ਯਾਦ ਕਰਨਾ, ਵੈਰੀ ਵੈਰੀ ਇੰਪੋਰਟੈਂਟ ਕੁਸ਼ਚਨ ਵੀ ਹੈ। ਤਾਂ ਨਾਮ ਨੇ ਜੀ ਡਾਕਟਰ ਨੋਰਮਾਨ ਵਰਲੋਗ ਅਤੇ ਡਾਕਟਰ ਐੱਮ ਐੱਨ ਸਵਾਮੀਨਾਥ, ਤਾਂ ਇਹਨਾਂ ਨੂੰ ਕੀ ਕਿਹਾ ਜਾਂਦਾ ਹਰੀ ਕ੍ਰਾਂਤੀ ਦਾ ਸਿਹਰਾ ਦਿੱਤਾ ਜਾਂਦਾ ਹੈ। ਤਾਂ ਇਸ ਜੋ ਚੈਪਟਰ ਵਿੱਚ ਹੈ ਹਰੀ ਕ੍ਰਾਂਤੀ ਦੀ ਜੋ ਇੰਪੋਰਟੈਂਟ ਟਰਮ ਹੈਗੀਆਂ ਨੇ ਤਾਂ ਉਹੀ ਆਪਾਂ ਕਰਨੀਆਂ ਨੇ, ਅਤੇ ਉਹਨਾਂ ਦੇ ਵਿੱਚ ਵੀ ਆਪਾਂ ਨੂੰ ਕੁਸ਼ਚਨ ਮਿਲੇਗਾ। ਕਹਿੰਦੇ ਜੀ ਹਰੀ ਕ੍ਰਾਂਤੀ 1966 ਅਤੇ 1967 ਇਹਦੇ ਦਰਮਿਆਨ ਆਈ ਸੀਗੀ। ਇੰਪੋਰਟੈਂਟ ਕੁਸ਼ਚਨ ਅਗੇਨ ਕਿ ਹਰੀ ਕ੍ਰਾਂਤੀ ਕਦੋਂ ਆਈ ਭਾਰਤ ਵਿੱਚ, ਇਹ ਹੈ ਜੀ 1966-1967 ਦੇ ਵਿੱਚ। ਨੈਕਸਟ ਹੈ ਜੀ ਭਾਰਤੀ ਰਾਸ਼ਟਰੀ ਆਮਦਨ ਵਿੱਚ ਖੇਤੀਬਾੜੀ ਦਾ ਯੋਗਦਾਨ ਕਿੰਨਾ ਹੈ। ਅਗੇਨ ਇੰਪੋਰਟੈਂਟ ਕੁਸ਼ਚਨ, ਭਾਰਤੀ ਰਾਸ਼ਟਰੀ ਆਮਦਨ ਜਿਹੜੀ ਹੈ ਉਸ ਵਿੱਚ ਖੇਤੀਬਾੜੀ ਦਾ ਯੋਗਦਾਨ ਕਿੰਨਾ ਹੈ ਜੀ 17.4%। ਨੈਕਸਟ ਹੈ ਜੀ ਭਾਰਤ ਵਿੱਚ ਲਗਭਗ 49% ਜਨਸੰਖਿਆ ਜੀਵਨ ਦੇ ਲਈ ਖੇਤੀਬਾੜੀ 'ਤੇ ਨਿਰਭਰ ਕਰਦੀ ਹੈ। ਕਿੰਨੇ ਪ੍ਰਤੀਸ਼ਤ ਜੀ 49% ਜਿਹੜੀ ਹੈ ਜਨਸੰਖਿਆ ਅੱਜ ਵੀ ਭਾਰਤ ਵਿੱਚ ਖੇਤੀਬਾੜੀ 'ਤੇ ਨਿਰਭਰ ਹੈ, ਖੇਤੀਬਾੜੀ ਦੇ ਕਾਰਨ ਹੀ ਉਹ ਜੀਵਿਤ ਹੈ। ਨੈਕਸਟ ਹੈ ਜੀ ਭਾਰਤ ਵਿੱਚ ਕੀਤੇ ਭੂਮੀ ਸੁਧਾਰ। ਦੇਖੋ ਜੀ ਇੰਪੋਰਟੈਂਟ ਹੈ ਕਿ ਭੂਮੀ ਸੁਧਾਰ ਜਿਹੜੇ ਆ ਆ ਸਕਦਾ ਇਹਨਾਂ 'ਚੋਂ ਕਿਹੜੇ ਭੂਮੀ ਸੁਧਾਰ ਦੀ ਉਦਾਹਰਣ ਹੈ। ਦੇਖੋ ਜੀ ਵਿਚੋਲਿਆਂ ਦਾ ਖਾਤਮਾ। ਨੈਕਸਟ ਹੈ ਜੀ ਭੂਮੀ ਦੀ ਚੱਕਬੰਦੀ। ਐਂਡ ਥਰਡ ਹੈ ਭੂਮੀ ਦੀ ਵੱਧ ਤੋਂ ਵੱਧ ਹੱਦਬੰਦੀ। ਇਹ ਜਿਹੜੇ ਤਿੰਨ ਹੈ ਇਹ ਭੂਮੀ ਸੁਧਾਰ ਕੀਤੇ ਗਏ। ਤਾਂ ਨੈਕਸਟ ਜੋ ਹੈ ਆਪਣੇ ਕੋਲ HYV, ਜਿਸ ਦੇ ਆਪਾਂ ਨੂੰ ਫੁੱਲ ਫੋਰਮ ਦਿੱਤੀ ਗਈ ਹੈ, ਇਹ ਇੰਪੋਰਟੈਂਟ ਹੈ ਕਿਉਂਕਿ ਇਸ ਚੈਪਟਰ 'ਚ ਇੱਕ ਫੁੱਲ ਫੋਰਮ ਦਿੱਤੀ ਗਈ ਹੈ। ਆਪਣੇ ਕੋਲ ਜੋ ਇਕਨੋਮਿਕਸ ਦਾ ਪਾਰਟ ਹੈ ਉਹਦੇ 'ਚ ਇੱਕ ਹੀ ਫੁੱਲ ਫੋਰਮ ਮਿਲੀ ਆਪਾਂ ਨੂੰ, ਤਾਂ ਇਹ ਇੰਪੋਰਟੈਂਟ ਹੋਵੇਗੀ, ਫੁੱਲ ਫੋਰਮ ਆਉਣ ਦੇ ਵੀ ਚਾਂਸ ਹੁੰਦੇ ਆ। ਅਤੇ ਇਹ ਜੀ ਹਾਈ ਯੀਲਡਿੰਗ ਵੈਰਾਇਟੀ ਸੀਡਸ, ਤਾਂ ਇਹ ਹੈ ਆਪਣੇ ਕੋਲ ਫੁੱਲ ਫੋਰਮ HYV ਦੀ। ਤਾਂ ਇੰਨੇ ਕੁ ਕੁਸ਼ਚਨ ਸੀਗੇ ਆਪਣੇ ਇਸ ਚੈਪਟਰ ਦੇ, ਤਾਂ ਇੰਨੇ ਕੁ ਕੁਸ਼ਚਨ ਜੋ ਸਿੰਪਲ ਐਂਡ
ਜੋ ਆਪਾਂ ਕਰ ਸਕਦੇ ਹਾਂ ਤਾਂ ਇਹ ਜ਼ਰੂਰ ਤੁਸੀਂ ਕਰਨੇ ਆ, ਤਾਂ ਇਦਾਂ ਦੇ ਕੁਸ਼ਚਨ ਹੀ ਆਪਾਂ ਨੂੰ ਐਗਜ਼ਾਮ ਦੇ ਵਿੱਚ ਵੀ ਮਿਲ ਜਾਣਗੇ। ਸੋ ਆਪਾਂ ਨੈਕਸਟ ਵੀਡੀਓ ਜਲਦੀ ਕਰਾਂਗੇ, ਤਾਂ ਉਹਦੇ ਵਿੱਚ ਵੀ ਇਦਾਂ ਆਪਾਂ ਸਿੰਪਲ ਜਿਹੇ ਕੁਸ਼ਚਨ ਲੈ ਕੇ ਆਵਾਂਗੇ ਜੋ ਕਿ ਆਪਾਂ ਨੂੰ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਹੋਣਗੇ। ਤਾਂ ਮਿਲਦੇ ਹਾਂ ਨੈਕਸਟ ਵੀਡੀਓ 'ਚ। ਥੈਂਕ ਯੂ।